ਆ ਪਿਆ ਪਿਸਟਲ ਤੇ ਜਗਮੀਤ ਆ ਜਾਓ ਤੋ ਚੱਕੋ ਜੀ ਪਿਸਟਲ ਤੇ ਮੈਂ ਚੱਕਾਂ ਪਿਆ ਕਿੱਥੇ ਆ ਆ ਲਓ ਜੀ ਆ ਪਿਸਟਲ ਤੂੰ ਤਾਂ ਕਹਿੰਦੀ ਸੀ ਕਿ ਪਿਸਟਲ ਹੈ ਨਹੀਂ ਮੈਂ ਤੈਨੂੰ ਪਿਆਰ ਨਾਲ ਪੁੱਛ ਰਹੀ ਹਾਂ ਨਾ ਮੈਂ ਪਿਆਰ ਨਾਲ ਮੇਰੀ ਗੱਲ ਤੂੰ ਨਾਲ ਬੈਠੀ ਆ ਮੈਂ ਤੈਨੂੰ ਪੁੱਛਿਆ ਸੀ ਨਾ ਕਿ ਦੱਸ ਕੀ ਪਿਸਟਲ ਹੈਗਾ ਤੂੰ ਕਦੀ ਪਿਸਟਲ ਹੈ ਨਹੀਂ ਮੜਾ ਨਹੀਂ ਝੂਠ ਕੇ ਬੋਲ ਰਹੀ ਆ ਮੈਗਜ਼ੀਨ ਸਿਲੰਡਰ ਵਾਲਾ ਜੀ ਫਰੰਟ ਤੇ ਪਿਸਟਲ ਪਿਆ ਹੈ ਤੂੰ ਝੂਠ ਬੋਲ ਰਹੀ ਆ ਗੱਡੀ ਲੈ ਕੇ ਚੱਲਦੇ ਆ ਇਹ ਮੇਰੇ ਨਾਲ ਲੱਗੀ ਸੀ ਕਿ ਮੈਂ ਤੁਹਾਨੂੰ ਪਿਆਰ ਨਾਲ ਪੁੱਛਿਆ ਜੇ ਮੈਂ ਤੇਰੇ ਦੋ ਚਪੇੜਾ ਮਾਰ ਕੇ ਪੁੱਛਾਂਗੀ ਤੇ ਬੀਬੀ ਸ਼ਾਰਟਸ ਪਏ ਹੋਏ ਆਲਰੇਡੀ ਨਾ ਉਹਨੂੰ ਬੜਾ ਦੋ ਕਰਾ ਸੋ ਦੋਸਤੋ ਇਹ ਤਸਵੀਰਾਂ ਤੁਹਾਨੂੰ ਇਸ ਵਕਤ ਮੋਹਾਲੀ ਦੀਆਂ ਦਿਖਾ ਰਿਹਾ 3B2 ਦੀਆਂ ਕਹਿ ਰਿਹਾ ਕਿ ਤੁਸੀਂ ਚਾਰ ਬੰਦਿਆਂ ਨੇ ਚੈੱਕ ਕੀਤੀ ਨਾ ਗੱਡੀ ਤੇ ਕਹਿੰਦਾ ਤੁਸੀਂ ਕੱਢ ਲਓ ਮੈਂ ਕਿਹਾ ਜੀ ਮੈਂ ਗੱਡੀ ਚੈੱਕ ਨਹੀਂ ਕੀਤੀ ਜੇ ਚੈੱਕ ਕੀਤੀ ਤਾਂ ਮੈਂ ਗੱਡੀ ਕੱਢ ਲੂੰਗੀ ਕੋਈ ਗੱਲ ਨਹੀਂ ਜੋ ਵੀ ਹੈਗਾਗਾ ਇਹਨੇ ਪਿਸਟਲ ਕੱਢ ਕੇ ਨਹੀਂ ਤਾਂ ਆਪਾਂ ਨੂੰ ਪਿਆਰ ਨਾਲ ਕਹਿ ਰਹੇ ਸੀਗੇ ਕਿ ਬ੍ਰਦਰ ਗੱਡੀ ਮਤਲਬ ਕੱਢੋ ਪਿਸਟਲ ਜਿੱਥੇ ਵੀ ਹੈਗਾ ਕੀ ਗੱਲ ਗਲਤ ਕਰੀਏ ਵੀਰੇ ਤੂੰ ਪਿਸਟਲ ਦਿਖਾ ਰਿਹਾ ਤੇਰੇ ਚਾਰ ਬੰਦੇ ਗਵਾਹ ਬੈਠੇ ਨੇ ਉੱਥੇ ਦੋਸਤ ਵੈਪਨ ਦਿਖਾਇਆ ਗਿਆ ਵੈਪਨ ਕੇ ਲਈ ਹਮ ਲੋਗ ਪੁਲਿਸ ਕੇ ਪਾਸ ਗਏ ਨੇ ਤੋ ਨਹੀਂ ਤੋ ਅਦਰਵਾਈਜ਼ ਹਮ ਲੋਗ ਨਹੀਂ ਜਾਤੇ ਹਮ ਸੋਚਤੇ ਕਿ ਨਾਰਮਲ ਹੈ ਗਾਲੀ ਦੀ ਜੋ ਵੀ ਉਸਕੇ ਇਸ਼ਾਰੇ ਤੇ ਐਂਡ ਉਸਕੇ ਬਾਅਦ ਵੋ ਪਰਸਨ ਜੋ ਵੋ ਗਾੜੀ ਆਪਣੀ ਬੈਕ ਲੈ ਕੇ ਆ ਰਹੇ ਹੈ ਸੇਮ ਜਗ੍ਹਾ ਪੇ ਐਂਡ ਫਿਰ ਹਮੇ ਪੁਲਿਸ ਕੀ ਹੈਲਪ ਲੈਣੀ ਪੜੀ ਕਿਉਂਕਿ ਹਮੇ ਆਪਣੇ ਲਈ ਸੇਫ ਨਹੀਂ ਲਗਾਈ ਉਹ ਚੀਜ਼ ਸਰ ਸਰ ਜੀ ਚਾਰ ਬੰਦੇ ਨੇ ਗੱਡੀ ਚੱਕ ਲਈ ਨਾ ਕਹਿੰਦਾ ਪਿਸਟਲ ਕੱਢੋ ਉਹਦੇ ਬਾਅਦ ਸਰ ਖਾਦੀ ਵੀਤੀ ਚਲੋ ਖਾਦੀ ਵੀਤੀ ਨੂੰ ਆਪਾਂ ਤਾਂ ਵਧੀਆ ਦਵਾਂਗੇ ਲੋਕਾਂ ਨੂੰ ਨਹੀਂ ਸਰ ਯਾਰ ਜਿਹੜਾ ਤੂੰ ਪਿਸਟਲ ਵਿਖਾ ਰਿਹਾ ਸੀਗਾ ਉਹ ਕੀ ਸੀਗਾ ਉਹ ਕੀ ਚੀਜ਼ ਸੀਗੀ ਖਡਾਉਣਾ ਸੀਗਾ ਅਸਲੀ ਸੀਗਾ ਲਾਇਸੈਂਸੀ ਸੀਗਾ ਕੀ ਸੀਗਾ ਤੁਹਾਡੀ ਗੱਡੀ 'ਚ ਵੈਪਨ ਕਿਹੜਾ ਪਿਆ ਦਿਖਾਓ ਯਾਰ ਮੇਰੀ ਗੱਡੀ 'ਚ ਕੋਈ ਵੈਪਨ ਨਹੀਂ ਜਿਹੜੀਆਂ ਉਹ ਕੁੜੀਆਂ ਕਹਿ ਰਹੀਆਂ ਤੁਸੀਂ ਬਦਤਮੀਜ਼ੀ ਕੀਤੀ ਉਹਨਾਂ ਨਾਲ ਤੁਸੀਂ ਗੰਦੇ ਜੈਸਚਰਸ ਪਾਸ ਕੀਤੇ ਆ ਤੁਸੀਂ ਹੱਥਾਂ ਦੇ ਇਸ਼ਾਰਿਆਂ ਦੇ ਨਾਲ ਗੰਦੇ ਇਸ਼ਾਰੇ ਕੀਤੇ ਅਸ਼ਲੀਲ ਹਰਕਤਾਂ ਕੀਤੀਆਂ ਉਹ ਸੱਚ ਨੇ ਤੁਸੀਂ ਕੀਤੀਆਂ ਤੁਹਾਡੇ ਨਾਲ ਦੇ ਨੇ ਕੀਤੀਆਂ ਐਵੇਂ ਦੇਖੋ ਇਹ ਇਨਵੋਲਵ ਸੀਗਾ ਵਿੱਚ ਇਹਨੇ ਕੀਤਾ ਕੁਛ ਇਹਦੇ ਨਾਲ ਦੇ ਸੀਗੇ ਸਰ ਇਹ ਪਰਸਨ ਸੇ ਸਾਥ ਮੇਂ ਇਨਕੇ ਜੋ ਗਰਲ ਥੀ ਜੋ ਇਨਕੀ ਪਾਰਟਨਰ ਥੀ ਉਹ ਬੈਠੇ ਹੋਏ ਥੇ ਕਿਉਂ ਨਹੀਂ ਬਣਾਏ ਨਹੀਂ ਉਹ ਤਾਂ ਲੱਗਦਾ ਕੁਝ ਬੋਲਿਆ ਹੋਣਾ ਇਹਨਾਂ ਨੇ ਜਾਂ ਉਹਨਾਂ ਨੇ ਮੈਂ ਇਹਨਾਂ ਨੂੰ ਮਨਾ ਵੀ ਕੀਤਾ ਮੈਂ ਖਿੱਚਿਆ ਵੀ ਹੈ ਮੈਂ ਕਿ ਨਾ ਬੋਲੋ ਬਸ ਇੰਨੀ ਗੱਲ ਹੋਈ ਆ ਇਹ ਕਹਿ ਰਹੇ ਨੇ ਮੈਂ ACP ਸਾਹਿਬ ਦਾ ਬੱਚਾ ਹੈ ਜੀ ਉਹ ਤਾਂ ਨਹੀਂ ਬਦਤਮੀਜ਼ੀ ਨਾਲ ਪੇਸ਼ ਆ ਰਹੇ ਨੇ ਲੜਕੀ ਨਾਲ ਬੈਠੀ ਆ ਗੱਡੀ ਦੇਖ ਲਓ ਜੀ ਇਹਨਾਂ ਦੀ ਇਹ ACP ਸਾਹਿਬ ਦੇ ਬੱਚੇ ਨੇ ਮੈਨੂੰ ਕੁਛ ਨਹੀਂ ਪਤਾ ਇਸ ਬਾਰੇ ਮੈਂ ਇਹਨੂੰ ਮਨਾ ਕੀਤਾ ਜ਼ਰੂਰ ਉਹ ਮੈਨੂੰ ਬਾਅਦ ਵਿੱਚ ਪਤਾ ਲੱਗੇ ਕੁੜੀਆਂ ਛੇੜ ਰਹੇ ਇਸ ਤਾਕੜ ਮਹਿਲਾ ਪੁਲਿਸ ਮੁਲਾਜ਼ਮ ਦੀ ਦਲੇਰੀ ਕਰਕੇ ਅੱਜ ਇੱਕ ਵੱਡਾ ਹਾਦਸਾ ਹੁੰਦਾ ਹੁੰਦਾ ਟਲ ਗਿਆ ਸ਼ਰਾਬ ਦੇ ਨਸ਼ੇ 'ਚ ਚੂਰ ਇਹ ਮੁੰਡਾ ਕੁੜੀਆਂ ਨੂੰ ਪਿਸਟਲ ਵਿਖਾ ਕੇ ਡਰਾ ਰਿਹਾ ਸੀ ਇੰਨਾ ਹੀ ਨਹੀਂ ਜਦੋਂ ਕੁੜੀਆਂ ਨੇ ਆਪਣੀ ਜਾਨ ਬਚਾਉਂਦਿਆਂ ਰਾਹ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਇਸ ਮੁੰਡੇ ਨੇ ਕੁੜੀਆਂ ਦੇ ਮਗਰ ਆਪਣੀ ਗੱਡੀ ਲਾ ਲਈ ਕੁੜੀਆਂ ਦਾ ਕਹਿਣਾ ਹੈ ਕਿ ਇਹ ਮੁੰਡਾ ਅਸ਼ਲੀਲ ਇਸ਼ਾਰੇ ਵੀ ਕਰ ਰਿਹਾ ਸੀ ਅਤੇ ਕੁੜੀਆਂ ਨੂੰ ਪਰੇਸ਼ਾਨ ਵੀ ਕਰ ਰਿਹਾ ਸੀ ਜਿਸ ਤੋਂ ਬਾਅਦ ਕੁੜੀਆਂ ਨੇ ਡਿਊਟੀ 'ਤੇ ਤੈਨਾਤ ਇਸ ਮਹਿਲਾ ਪੁਲਿਸ ਮੁਲਾਜ਼ਮ ਕੋਲ ਭੱਜ ਕੇ ਸ਼ਿਕਾਇਤ ਕੀਤੀ ਹਰਮੇਸ਼ ਕੌਰ ਨੇ ਵੀ ਮੌਕੇ 'ਤੇ ਭੱਜ ਕੇ ਇਸ ਮੁੰਡੇ ਨੂੰ ਪਿਸਟਲ ਸਮੇਤ ਕਾਬੂ ਕੀਤਾ ਜਿਸ ਤੋਂ ਬਾਅਦ PCR ਇੰਚਾਰਜ ਅਜੇ ਪਾਠਕ ਨੇ ਇਸ ਮੁੰਡੇ ਨੂੰ ਅਤੇ ਇਸ ਦੀ ਸਾਥੀ ਕੁੜੀ ਨੂੰ ਹਿਰਾਸਤ 'ਚ ਲਿੱਤਾ ਇਸ ਖਬਰ ਦੇ ਵਿੱਚ ਮੁੰਡੇ ਦਾ ਚਿਹਰਾ ਅਤੇ ਇਸ ਦੀ ਸਾਥੀ ਦਾ ਚਿਹਰਾ ਇਸ ਕਰਕੇ ਗੁਪਤ ਰੱਖਿਆ ਗਿਆ ਕਿਉਂਕਿ ਇਹਨਾਂ ਦੇ ਨਾਲ ਇਹਨਾਂ ਦੇ ਮਾਤਾ ਪਿਤਾ ਦੀ ਜ਼ਿੰਦਗੀ ਜੁੜੀ ਹੈ ਇਹਨਾਂ ਦੋਵਾਂ ਨੇ ਸਮਾਜ ਦੇ ਵਿੱਚ ਰਹਿ ਕੇ ਜ਼ਿੰਦਗੀ ਵੀ ਜਿਉਣੀ ਹੈ ਪਰ ਇਸ ਦੇ ਨਾਲ ਨਾਲ ਇਹ ਖਬਰ ਵਿਖਾਉਣੀ ਲਾਜ਼ਮੀ ਅਤੇ ਜ਼ਰੂਰੀ ਹੈ ਕਿਉਂਕਿ ਅੱਗੇ ਤੋਂ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਕੋਈ ਵੀ 100 ਵਾਰ ਸੋਚੇ ਅਤੇ ਸੜਕਾਂ 'ਤੇ ਬਦਮਾਸ਼ੀ ਕਰਨ ਤੋਂ ਪਹਿਲਾਂ ਉਸ ਨੂੰ ਇਸ ਗੱਲ ਦਾ ਖਿਆਲ ਰਵੇ ਕਿ ਪੁਲਿਸ ਸਖਤੀ ਦੇ ਨਾਲ ਪੇਸ਼ ਆਏਗੀ ਦੋਸਤੋ ਇਹ ਮੋਹਾਲੀ ਦਾ ਹਾਲ ਹੈ ਔਰ ਤੁਸੀਂ ਸਾਫ਼ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਸ਼ਰੇਆਮ ਗੱਡੀਆਂ ਲਗਾ ਕੇ ਗੱਡੀਆਂ ਦੇ ਵਿੱਚ ਸ਼ਰਾਬ ਵੀ ਪੀਤੀ ਜਾਂਦੀ ਆ ਔਰ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਬਦਤਮੀਜ਼ੀ ਵੀ ਕੀਤੀ ਜਾਂਦੀ ਹੈ ਕੀ ਗੱਲ ਹੋ ਗਈ ਮੈਡਮ ਕੀ ਕੀ ਗੱਲ ਕੀਤੀ ਇਹਨਾਂ ਨੇ ਕੀ ਬਾਤ ਹੋ ਗਈ ਭਈਆ ਕੁਛ ਵੀ ਨਹੀਂ ਵੀਰੇ ਯਾਰ ਹੈ ਕੁਛ ਵੀ ਨਹੀਂ ਗੱਲ ਦਿਖਾਇਆ
ਨਹੀਂ ਵੀਡੀਓ ਮੈਡਮ ਚੱਕਰ ਕੀ ਪਿਆ ਹੈਗਾ, ਅਸੀਂ ਤਾਂ ਗੱਲ ਪੁੱਛ ਰਹੇ ਹਾਂ ਤੁਹਾਡੇ ਕੋਲੋਂ, ਜਿਵੇਂ ਉਹਨਾਂ ਦੀ ਗੱਡੀ ਦੇ ਵਿੱਚੋਂ ਸ਼ਰਾਬ ਸੀਗੀ, ਕਹਿ ਰਹੇ ਏਅਰ ਪਿਸਟਲ ਸੀਗੀ ਔਰ ਧਮਕਾਇਆ ਜਾ ਰਿਹਾ ਸੀ। ਹਮ ਲੋਗ ਇਨਕੋ ਨਹੀਂ ਜਾਣਤੇ ਹੈ, ਯੇ ਹਮ ਲੋਗੋ ਕੋ ਨਹੀਂ ਜਾਣਤੇ, ਅਭੀ ਯਹਾਂ ਪੇ ਸਾਹਮਨੇ ਸ਼ੋਪ ਹੈ, ਵਹਾਂ ਪੇ ਹਮ ਏਅਰਿੰਗ ਵਗੈਰਾ ਲੈ ਕੇ ਆ ਰਹੇ ਥੇ, ਔਰ ਯੇ ਵਾਲੇ ਇਨਕੀ ਵੋ ਵਹਾਂ ਸੇ ਗਾੜੀ ਆਈ ਹੈ, ਹਮ ਲੋਗ ਸਪੀਡ ਮੇ ਗਾੜੀ ਓਵਰ ਸਪੀਡ ਮੇ ਆਈ ਹੈ, ਤੋ ਸਾਹਮਨੇ ਵਾਲੇ ਲੜਕੇ ਨੇ ਹਮੇ ਪਹਿਲੇ ਦੋ ਫਿੰਗਰ ਕੀਆ, ਫਿਰ नहीं तो अदरवाइज हम लोग नहीं जाते, हम सोचते कि नॉर्मल है, गाली दी जो भी उसके इशारे थे, एंड उसके बाद वो पर्सन जो वो गाड़ी अपनी बैक लेके आ रहे हैं सेम जगह पे, एंड फिर हमें पुलिस की हेल्प लेनी पड़ी क्योंकि हमें अपने लिए सेफ नहीं लगा ये चीज़। की गल हुई सी मैडम, ओके गड्डी आगे होके रुकी है, कहंदा जी मैं ACP साहब पता नहीं क्या नाम ले रहा कि मैं उनका बच्चा है, मगर मेरे को पिस्टल हैगा, वो मन रहे ने कहंदा मैं गड्डी जो काढ़ लो, मैं नहीं काढ़दा। गड्डी जो पया पिस्टल, तुसी तलाशी लेती? असी तलाशी हले लेती नहीं सी, उन्होंने कहा भी काढ़ ਇਹ ਜੀ। ਅਸੀਂ ਵੀ ਭਈਆ ਕੀ ਗੱਲ ਹੋ ਗਈ, ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਪਹਿਲੇ ਤਾਂ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਰਹਿਣ ਵਾਲੇ, ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ। ਅੱਛਾ, ਤੁਹਾਡੇ ਫਾਦਰ ਸਾਹਿਬ ਮਹਿਕਮੇ 'ਚ ਨੇ? ਹਾਂਜੀ। ਪੁਲਿਸ ਮੁਲਾਜ਼ਮ ਨੇ? ਪੁਲਿਸ ਮੁਲਾਜ਼ਮ ਹੈਗੇ ਨੇ, ਬਲਵਿੰਦਰ ਸਿੰਘ, ਸਰਦਾਰ ਬਲਵਿੰਦਰ ਸਿੰਘ। ਨਹੀਂ, ਪੁਲਿਸ ਮੁਲਾਜ਼ਮ ਨੇ? ਹਾਂਜੀ। ਹੈਂ? ਹਾਂਜੀ। ਕਿਸ ਰੈਂਕ 'ਤੇ ਨੇ ਜੀ ਉਹ? ਉਹ ਐਕਸਪਾਇਰ ਹੋ ਚੁੱਕੇ ਨੇ। ਅੱਛਾ, ਉਹ ਐਕਸਪਾਇਰ ਹੋ ਗਏ ਨੇ, ਲੇਟ ਲੇਟ ਸਾਹਿਬ ਦਾ ਨਾਮ ਲੈ ਰਹੀ ਹੈ, ACP ਸਾਹਿਬ ਕੌਣ ਨੇ, ਕੀ ਲੱਗਦੇ ਨੇ ਤੁਹਾਡੇ ਫਰੈਂਡ? ACP ਦਾ ਪਰਮ ਸਿੰਘ, ਪਰਮ ACP ਪਰਮ ਸਿੰਘ, ਜਿਨ੍ਹਾਂ ਦੀ ਜੁਆਇਨਿੰਗ ਹੋਣੀ ਆ ਚੰਡੀਗੜ੍ਹ ਦੇ ਵਿੱਚ। ਕਿਹੇ ਦਾ ਮੁੰਡਾ ਹੈ? ਠੀਕ ਹੈ ਜੀ। ਤੁਹਾਡੀ ਗੱਡੀ 'ਚ ਵੈਪਨ ਕਿਹੜਾ ਪਿਆ, ਦਿਖਾਓ ਜਰਾ। ਮੇਰੀ ਗੱਡੀ 'ਚ ਕੋਈ ਵੈਪਨ ਨਹੀਂ। ਨਹੀਂ, ਤੁਸੀਂ ਕਿਹਾ ਉਹਨਾਂ ਕੁੜੀਆਂ ਨੂੰ ਧਮਕੀ ਦਿੱਤੀ ਤੁਸੀਂ? ਏਅਰ ਵੈਪਨ ਹੈਗਾ, ਏਅਰ ਪਿਸਟਲ ਹੈਗਾ। ਮੇਰੀ ਗੱਡੀ ਚੈਕਿੰਗ ਹੋਈ ਆ। ਚਲੋ ਫਿਰ ਦੇਖੋ ਮੇਰੀ। ਤੁਸੀਂ ਸ਼ਰਾਬ ਪੀਤੀ ਵੀ ਹੋਈ ਹੈ? ਹਾਂ। ਏਜ ਕਿੰਨੀ ਤੁਹਾਡੀ? 25। ਡਰਾਈਵ ਤੁਸੀਂ ਕਰ ਰਹੇ ਸੀਗੇ? ਹਾਂਜੀ। ਤੇ ਨਾਲ ਦੇ ਤੁਹਾਡੇ ਕਿੱਥੇ ਹੈਗੇ ਆ? ਜਿਹੜੀਆਂ ਉਹ ਕੁੜੀਆਂ ਕਹਿ ਰਹੀਆਂ ਤੁਸੀਂ ਬਦਤਮੀਜ਼ੀ ਕੀਤੀ ਉਹਨਾਂ ਨਾਲ, ਤੁਸੀਂ ਗੰਦੇ ਜੈਸਚਰਸ ਪਾਸ ਕੀਤੇ ਆ, ਤੁਸੀਂ ਹੱਥਾਂ ਦੇ ਇਸ਼ਾਰਿਆਂ ਦੇ ਨਾਲ ਗੰਦੇ ਇਸ਼ਾਰੇ ਕੀਤੇ, ਅਸ਼ਲੀਲ ਹਰਕਤਾਂ ਕੀਤੀਆਂ, ਉਹ ਸੱਚ ਨੇ? ਤੁਸੀਂ ਕੀਤੀਆਂ, ਤੁਹਾਡੇ ਨਾਲ ਦੇ ਨੇ ਕੀਤੀਆਂ? ਇਹ ਇਨਵੋਲਵ ਸੀਗਾ ਵਿੱਚ, ਇਹਨੇ ਕੀਤਾ ਕੁਛ? ਇਹਦੇ ਨਾਲ ਦੇ ਸੀਗੇ ਸਰ, ਇਹ ਪਰਸਨ ਸੇ ਸਾਥ ਮੇਂ ਇਨਕੇ ਜੋ ਗਰਲ ਥੀ, ਜੋ ਇਨਕੀ ਪਾਰਟਨਰ ਥੀ, ਵੋ ਬੈਠੇ ਹੋਏ ਥੇ, ਔਰ ਇਹਨਾਂ ਇਸ਼ਾਰੇ ਕਿ ਇਹਨਾਂ ਗਨ ਦਿਖਾਈ, ਹਮ ਕਿਸੀ ਔਰ ਕੋ ਥੋੜੀ ਨਾ ਬੋਲ ਰਹੇ ਹੈ, ਓਵਰ ਸਪੀਡ ਮੇਂ ਗਾੜੀ ਲੈ ਕੇ ਯੇ ਆਏ, ਦੈਨ ਗਾੜੀ ਰਿਵਰਸ ਲੈ ਕੇ ਯੇ ਖੁਦ ਆਏ, ਗੱਲ ਮਤਲਬ ਬਦਤਮੀਜ਼ੀ ਕੀ ਜੋ ਵੀ ਹੋ, ਐਟਲੀਸਟ ਆਪ ਬੈਕ ਤੋਂ ਮਤ ਆਓ ਨਾ। ਯਾਰ ਜਿਹੜਾ ਤੂੰ ਪਿਸਟਲ ਵਿਖਾ ਰਿਹਾ ਸੀਗਾ ਉਹ ਕੀ ਸੀਗਾ, ਉਹ ਕੀ ਚੀਜ਼ ਸੀਗੀ, ਖਡਾਉਣਾ ਸੀਗਾ, ਅਸਲੀ ਸੀਗਾ, ਲਾਇਸੈਂਸੀ ਸੀਗਾ, ਕੀ ਸੀਗਾ? ਕੋਈ ਪਿਸਟਲ ਗੱਡੀ ਦੀ ਚੈਕਿੰਗ ਪੁਲਿਸ ਤੋਂ ਬਿਨਾਂ ਵੀ ਆਮ ਆਦਮੀ ਬੰਦਿਆਂ ਨੇ ਦਿੱਤੀ ਆ, ਕੁਛ ਨਹੀਂ ਨਿਕਲਿਆ ਵੀਰੇ। ਠੀਕ ਆ। ਨਹੀਂ, ਉਹ ਜਿਵੇਂ ਕੁੜੀਆਂ ਕਹਿ ਰਹੀਆਂ ਕਿ ਹੱਥ ਦੇ ਵਿੱਚ ਕੁਝ ਸੀਗਾ ਹਥਿਆਰ ਵਗੈਰਾ, ਮੇਰੇ ਹੁਣ ਜੇ ਮੰਨ ਲਓ ਜੇ ਤੁਸੀਂ ਟਰੱਸਟ ਕਰਨੇ ਹੋ ਤਾਂ ਉੱਧਰ ਇੱਕ ਪਾਸੇ ਕਰੋ, ਹੈ ਨਾ, ਵੀ ਗੱਡੀ ਚੈਕਿੰਗ ਹੋਈ ਸਰ, ਤੁਸੀਂ ਵੀ ਕਰੀ, ਹੈ ਨਾ, ਅਤੇ ਜਦੋਂ ਕੁਛ ਲੱਭਿਆ ਹੋਵੇ ਫਿਰ ਵੀ ਵੀਰੇ। ਨਾਲ ਮੁੰਡੇ ਕਿੰਨੇ ਸੀਗੇ? ਮੁੰਡਾ ਕੋਈ ਨਹੀਂ ਸੀਗਾ, ਕੁੜੀ ਹੈ ਨਾਲ। ਅੱਛਾ, ਕੁੜੀ ਹੈ ਇੱਕ ਨਾਲ, ਓਕੇ। ਬਦਤਮੀਜ਼ੀ ਵੀਰੇ ਕੋਈ ਨਹੀਂ ਕਰੀ, ਸਭ ਦੇ ਘਰ ਧੀਆ ਭੈਣਾਂ ਨੇ, ਠੀਕ ਨਹੀਂ, ਬਦਤਮੀਜ਼ੀ ਕੋਈ ਨਹੀਂ ਕਰੀ, ਨਾ ਮਿਸਬਿਹੇਵ ਕਰਿਆ ਕੁਛ ਕਰਿਆ, ਠੀਕ ਨਹੀਂ, ਬਦਤਮੀਜ਼ੀ ਕੋਈ ਨਹੀਂ ਕਰੀ। ਕੁੜੀ
ਸ਼ਰਾਬ ਪੀਤੀ ਤੁਹਾਡੇ ਨਾਲ ਹੀ ਸੀਗਾ ਕੁਛ ਬੋਲਿਆ ਹੋਣਾ ਇਹਨਾਂ ਨੇ, ਉਹਨਾਂ ਨੇ ਮੈਂ ਇਹਨਾਂ ਨੂੰ ਮਨਾ ਵੀ ਕੀਤਾ, ਮੈਂ ਖਿੱਚਿਆ ਵੀ ਆ, ਮੈਂ ਕਿਹਾ ਨਾ ਬੋਲੋ, ਬਸ ਇੰਨੀ ਗੱਲ ਹੋਈ ਆ। ਤੁਸੀਂ ਇਹਨਾਂ ਨੂੰ ਰੋਕ ਰਹੇ ਸੀਗੇ ਜਿਵੇਂ ਉਹ ਕੁੜੀਆਂ ਕਹਿ ਰਹੀਆਂ ਕਿ ਹੱਥ ਦੇ ਵਿੱਚ ਕੋਈ ਵੈਪਨ ਸੀਗਾ, ਧਮਕਾ ਰਿਹਾ ਸੀ, ਉਹ ਸਭ ਕੁਝ ਸੱਚ ਆ ਝੂਠ ਆ? ਮੇਰੇ ਕੋਲ ਵੀਡੀਓ ਬਣੀ ਹੋਈ ਆ ਜਿਹਦੇ ਚ ਉਹਨੇ ਐਕਸੈਪਟ ਕੀਤਾ ਕਿ ਹਾਂਜੀ ਮੇਰੇ ਕੋਲ ਏਅਰ ਵੈਪਨ ਆ। ਕਿਹਾ ਨੀ ਉਹਨੇ ਕਿ ਏਅਰ ਪਿਸਟਲ ਹੈਗਾ ਮੇਰੇ ਕੋਲੇ? ਮੈਂ ਕਿਹਾ ਕੱਢ, ਮੈਂ ਸਾਈਡ ਤੇ ਬੈਠੀ ਸੀ, ਮੇਰੇ ਸਾਈਡ ਤੇ ਹਰ ਤਾਂ ਗੱਡੀ ਚੈੱਕ ਕੀਤੀ ਨਹੀਂ ਮੈਮ, ਮੇਰਾ ਸਾਈਡ ਤੇ ਫੇਸ ਸੀਗਾ, ਮੈਨੂੰ ਕੁਛ ਨਹੀਂ ਪਤਾ ਇਸ ਬਾਰੇ, ਮੈਂ ਇਹਨੂੰ ਮਨਾ ਕੀਤਾ ਜ਼ਰੂਰ, ਉਹ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕੁੜੀਆਂ ਛੇੜ ਰਹੇ, ਮਤਲਬ ਕੁੜੀ ਨੂੰ ਬੋਲ ਰਿਹਾ ਹੈ। ਫਿਰ ਮੇਰੇ ਕੋਲ ਵੀਡੀਓ ਬਣੀ ਹੋਈ ਜਿਹਦੇ 'ਚ ਕਹਿ ਰਿਹਾ ਕਿ ਹਾਂ ਮੇਰੇ ਕੋਲ ਏਅਰ ਪਿਸਟਲ ਹੈ। ਦੋਸਤੋ ਇਹ ਇਸ ਵਕਤ ਮੋਹਾਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮੁੰਡੇ ਜਿਹੜੇ ਜਵਾਨੀ ਜਿਨ੍ਹਾਂ ਨੂੰ ਨਵੀਂ ਨਵੀਂ ਆਉਂਦੀ ਹੈਗੀ ਹੈ, ਉਹਨਾਂ ਦੇ ਅੰਦਾਜ਼ ਉਹਨਾਂ ਦਾ ਤੌਰ ਤਰੀਕਾ ਜਿਹੜਾ ਹੁੰਦਾ। ਸਤਿ ਸ਼੍ਰੀ ਅਕਾਲ ਜੀ। ਪਰ ਇੰਚਾਰਜ ਆਏ ਨੇ ਜੀ, ਇਹਨਾਂ ਦੇ ਪਹਿਲੇ ਮਸਲੇ ਨੂੰ ਸਮਝਣਗੇ, ਫਿਰ ਉਸ ਤੋਂ ਬਾਅਦ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਡਰਿੰਕ ਕਰੀ ਕਿਉਂ? ਡਰਿੰਕ ਕਰਕੇ ਕਿਉਂ ਡਰਾਈਵ ਕਰਦੇ ਹੋ ਤੁਸੀਂ? ਕਿੱਥੇ ਆ ਤੁਹਾਡੀ ਗੱਡੀ? ਕੋਈ ਗੱਲ ਨੀ, ਮੇਰੀ ਗੱਲ ਕਰਾ ਦੋ, ਉਹਨਾਂ ਨੂੰ ਦੱਸ ਦਿਓ, ਉਹਨਾਂ ਨੂੰ ਦੱਸ ਦਿਓ ਤਾਂ ਮੈਂ ਸ਼ਰਾਬ ਪੀ ਕੇ ਡਰਾਈਵ ਕਰ ਰਿਹਾ ਸੀ, ਮੈਂ ਨਾਮ ਵੀ ਲਿਆ ਫਿਰ ਵੀ ਗੱਲ ਬੰਦ ਕਰਤਾ, ਦੱਸ ਦਿਓ ਉਹ ਤੁਹਾਨੂੰ ਐ ਅਲਾਓ ਥੋੜੀ ਕਰ ਰਹੇ ਹੋ? ਬਣੀ ਹੋਈ ਜਿਹਦੇ ਚ ਇਹ ਕਹਿ ਰਿਹਾ ਕਿ ਮੇਰੇ ਕੋਲ ਏਅਰ ਪਿਸਟਲ ਹੈਗਾ। ਇਹਨਾਂ ਕੈਮਰੇ ਦੀ ਰੋਸ਼ਨੀ ਥੋੜੀ ਜਿਆਦਾ ਮਾਰਿਓ, ਇੱਕ ਸੈਕਿੰਡ ਵੀਰੇ, ਪਿਆਦਾ ਹੈਗਾ। ਆ ਦੇਖੋ ਜੀ, ਇਹਨੇ ਤੂੰ ਕਢਵਾਓ ਮੈਡਮ, ਇਹਨਾਂ ਅੱਗੇ ਆ ਯਾਰ, ਅੱਗੇ ਆ ਜੀ, ਚੱਕ ਕੋ ਟੈਸਟ ਚੱਕ ਕੋ, ਚੱਕੋ ਜੀ ਪਿਸਟਲ ਤੇ ਮੈਂ ਚੱਕਾਂ। ਇਹ ਆ ਕਿੱਥੇ ਆ? ਇਹ ਆ ਕਿੱਥੇ ਆ? ਚੱਕੋ ਬੇਟਾ, ਲਾ ਲੈ ਘਰ ਵਿੱਚ, ਚੱਕੋ ਤੁਸੀਂ ਆ ਆ ਕੇ ਛੋਟਾ ਛੋਟਾ ਸਮਾਂ ਚੱਕ। ਆ ਲਓ ਆ ਲਓ ਜੀ, ਆ ਪਿਸਟਲ ਹੈ ਨਾ, ਲੋਡਡ ਨਾ ਆ ਪਿੱਛੇ, ਲੈ ਪਿੱਛੇ ਲੈ ਗਿਆ ਫੇਸ ਲੈ ਨਾਲ, ਚੱਕੋ ਇਹਨੂੰ ਪਾ ਲਓ ਆਪਣੇ ਕੋਲ, ਬੰਦੇ ਦਾ ਵੀ ਫੇਸ ਆ ਗੱਡੀ ਵੀ ਬੰਦ ਕਰਦੇ ਆ, ਫਿਰ ਦੇਖਦੇ ਆ ਅਗਲੀ ਕਾਰਵਾਈ ਕੀ ਕਰਨੀ।
ਰੋਮੀ ਕੁਮਾਰ ਜੀ ਕਟਾਰੀਆ ਸਾਹਿਬ ਚਾਰ ਬੰਦੇ ਨੇ ਚੈੱਕ ਕੀਤੀ ਨਾ ਗੱਡੀ ਤੇ ਕਹਿੰਦਾ ਤੁਸੀਂ ਕੱਢ ਲਓ। ਮੈਂ ਕਿਹਾ ਜੀ ਮੈਂ ਗੱਡੀ ਚੈੱਕ ਨਹੀਂ ਕੀਤੀ, ਜੇ ਚੈੱਕ ਕੀਤੀ ਤਾਂ ਮੈਂ ਗੱਡੀ ਕੱਢ ਲੂੰਗੀ, ਕੋਈ ਗੱਲ ਨਹੀਂ ਜੋ ਵੀ ਹੈਗਾ। ਇਹਨੇ ਪਿਸਟਲ ਕੱਢ ਕੇ ਨਹੀਂ ਤਾਂ ਆਪਾਂ ਨੂੰ ਪਿਆਰ ਨਾਲ ਕਹਿ ਰਹੇ ਸੀਗੇ ਕਿ ਬ੍ਰਦਰ ਗੱਡੀ ਮਤਲਬ ਕੱਢੋ ਪਿਸਟਲ ਜਿੱਥੇ ਵੀ ਹੈਗਾ। ਸੋ ਦੋਸਤੋ ਇਹ ਤਸਵੀਰਾਂ ਤੁਹਾਨੂੰ ਇਸ ਵਕਤ ਮੋਹਾਲੀ ਦੀਆਂ ਦਿਖਾ ਰਿਹਾ 3B2 ਦੀਆਂ, ਜਿੱਥੇ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਨਕਲੀ ਏਅਰ ਪਿਸਟਲ ਨੂੰ ਗੱਡੀ ਦੇ ਵਿੱਚ ਰੱਖ ਕੇ ਜਿਹੜੀਆਂ ਕੁੜੀਆਂ ਘੁੰਮਣ ਫਿਰਨ ਆਈਆਂ ਹੋਣੀਆਂ ਉਹਨਾਂ ਨੂੰ ਦਿਖਾਇਆ ਵੀ ਜਾ ਰਿਹਾ ਸੀਗਾ, ਉਹਨਾਂ ਨੂੰ ਡਰਾਇਆ ਵੀ ਜਾ ਰਿਹਾ ਸੀਗਾ, ਔਰ ਮੁੰਡੇ ਨੇ ਸ਼ਰਾਬ ਵੀ ਪੀਤੀ ਹੋਈ ਆ। ਔਰ ਇਸ ਵਕਤ ਗੱਡੀ ਜਿਹੜੀ ਹੈਗੀ ਹੈ ਇੰਪਾਊਂਡ ਕੀਤੀ ਜਾ ਰਹੀ ਹੈ, ਮੌਕੇ 'ਤੇ ਜੋ ਇੰਚਾਰਜ ਨੇ ਅਜੇ ਪਾਠਕ ਜੀ ਉਹ ਵੀ ਪਹੁੰਚੇ ਨੇ ਇੱਥੇ, ਔਰ ਇਹ ਸ਼ਰਾਬ ਵੀ ਪੀਤੀ ਜਾ ਰਹੀ ਸੀਗੀ। ਜੋ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਸੀਗੇ ਫੀਮੇਲ, ਉਹਨਾਂ ਨੇ ਕਈ ਵਾਰੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਕਿਹਾ ਵੀ ਕਿ ਇਹ ਚੀਜ਼ਾਂ ਨਾ ਕਰ, ਲੇਕਿਨ ਨਸ਼ੇ ਦੇ ਵਿੱਚ ਇੰਨਾ ਕਿ ਨੌਜਵਾਨ ਸੀਗਾ ਕਿ ਇਹਨੂੰ ਆਪਣੀ ਸੁਰਤ ਭੁੱਲੀ ਹੋਈ ਸੀਗੀ, ਇਹਨੂੰ ਨਹੀਂ ਪਤਾ ਸੀਗਾ ਕਿ ਕੀ ਕਰਦਾ ਪਿਆ। ਔਰ ਦੂਜੇ ਪਾਸੇ ਉਹ ਕੁੜੀਆਂ ਹੈਗੀਆਂ ਨੇ ਜਿਹੜੀਆਂ ਕਹਿ ਰਹੀਆਂ ਹੈਗੀਆਂ ਨੇ ਕਿ ਅਸੀਂ ਮਸਾਂ ਕਿਤੇ ਬਚੇ ਹਾਂ। ਐਕਚੁਲੀ ਹਮ ਮੈਂ ਔਰ ਮੇਰੀ ਸਿਸਟਰ ਸੀ, ਹਮ ਜਾ ਰਹੇ ਥੇ ਤੋ ਅਭੀ ਹਮ ਜਾ ਰਹੇ ਹਾਂ ਵਾਪਸ, ਕੋਈ ਦਿੱਕਤ ਤੋ ਨਹੀਂ ਹੈ ਨਾ ਵੈਸੇ, ਬਿਕਾਜ਼ ਹਮ ਜ਼ਿਆਦਾ। ਸੋ ਇਹ ਉਹ ਕੁੜੀਆਂ ਨੇ ਜਿਨ੍ਹਾਂ ਦੇ ਨਾਲ ਇਸ ਨੌਜਵਾਨ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਬਦਤਮੀਜ਼ੀ ਕੀਤੀ ਹੈ, ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਇਹਨਾਂ ਦੋਵਾਂ ਨੂੰ, ਮੁੰਡੇ ਨੂੰ ਅਤੇ ਕੁੜੀ ਨੂੰ, ਇਸ ਵਕਤ ਗੱਡੀ ਦੇ ਵਿੱਚ ਬਿਠਾ ਲਿੱਤਾ ਗਿਆ ਔਰ ਇਹਨਾਂ ਨੂੰ ਥਾਣੇ ਲੈ ਕੇ ਜਾਇਆ ਜਾ ਰਿਹਾ ਹੈਗਾ, ਔਰ ਇਹ ਗੱਡੀ ਜਿਹੜੀ ਹੈਗੀ ਹੈ ਇੰਪਾਊਂਡ ਕਰ ਲਿੱਤੀ ਗਈ ਹੈ। ਕੈਮਰੇ ਦੇ ਪਿੱਛੇ ਮੇਰਾ ਸਾਥ ਦੇ ਰਹੇ ਸੀਗੇ ਜਗਮੀਤ, ਮੈਂ ਲੰਕੇਸ਼ ਤ੍ਰਿਖਾ, ਐਡਰੈਸਿਟ ਅਤੇ ਔਜ਼ਾਰ ਟੀਵੀ ਦੇ ਲਈ।